ਮੈਂ ਇਸ ਸਮੇਂ ਹੈਗਾ ਜੀ ਮਿਰਾਜ ਬੈਂਕੁਟ ਹਾਲ ਜਿਹੜਾ ਸੈਕਰਾਮੈਂਟੋ ਦੇ ਵਿੱਚ, ਅਤੇ ਇੱਥੇ ਇੱਕ ਬਹੁਤ ਵੱਡੀ ਕਾਨਫਰੰਸ, ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਇਸ ਸਾਲ ਦੇ ਅੰਦਰ। USA ਕਬੱਡੀ ਫੈਡਰੇਸ਼ਨ ਵੱਲੋਂ ਡਰੱਗ ਫਰੀ ਕਬੱਡੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਉਹਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ। ਅੱਜ ਉਹਨਾਂ ਦੀ ਕਾਨਫਰੰਸ ਹੈਗੀ ਹੈ ਜਿਸ ਵਿੱਚ ਪ੍ਰੈਜ਼ੀਡੈਂਟ ਸਭਾ ਥਿਆੜਾ ਜੀ, ਜਨਰਲ ਸੈਕਟਰੀ ਜਿਹੜੇ ਹੈਗੇ ਨੇ ਸੈਮ ਪੰਨੂ, ਚੇਅਰਮੈਨ ਕੁਲਵੰਤ ਸਿੰਘ ਲੱਛਰ ਸਾਹਿਬ ਅਤੇ ਤਰਲੋਚਨ ਸਿੰਘ ਲੱਛਰ, ਨਾਲ ਨਾਲ ਗੱਲ ਕਰੀਏ ਤਾਂ ਸੀਤਲ ਸਿੰਘ ਨਿੱਜਰ ਜੀ ਅਤੇ ਸੁੱਖੀ ਸੇਖੋਂ, ਸਾਰੇ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਹੋਰ ਪਤਵੰਤ ਦੇ ਸੱਜਣ ਜਿਹੜੇ ਬਿੱਲਾ ਸੰਘੇੜਾ, ਸੁੱਖੀ ਘੁੰਮਣ ਅਤੇ ਹੋਰ ਵੀ ਬਹੁਤ ਸਾਰੇ ਪਤਵੰਤ ਸੱਜਣ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ ਔਰ ਪੂਰੀ ਦੁਨੀਆ ਦੇ ਵਿੱਚ ਕਬੱਡੀ ਨੂੰ ਡਰੱਗ ਫਰੀ ਬਣਾਉਣ ਦੀ ਗੱਲ ਜਿਹੜੀ ਹੈ ਬਹੁਤ ਵੱਡਾ ਉਪਰਾਲਾ, ਬਹੁਤ ਚੰਗੀ ਗੱਲ ਹੈ। ਆਓ ਦੇਖਦੇ ਹਾਂ ਸੈਕਰਾਮੈਂਟੋ ਦੇ ਮਿਰਾਜ ਬੈਂਕਟ ਹਾਲ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਕਿਹਨਾਂ ਨੇ ਕੀ ਕਿਹਾ ਕਬੱਡੀ ਨੂੰ ਡਰੱਗ ਫਰੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਲੋਕ ਜਿਹੜੇ ਆਪਣਾ ਟਾਈਮ ਕੱਢ ਕੇ ਇੱਥੇ ਆਏ ਆ, ਸਾਰੇ ਸਾਡੇ ਭਰਾ। USA ਕਬੱਡੀ ਫੈਡਰੇਸ਼ਨ 2019 ਇਸਟੈਬਲਿਸ਼ ਹੋਈ ਆ। ਦੋ ਉਹਦੇ ਮੇਨ ਮੁੱਦੇ ਆ ਅਤੇ ਕਿਉਂ ਸ਼ੁਰੂ ਕੀਤੀ ਆ ਉਹਦੇ ਬਾਰੇ ਅਸੀਂ ਇਲੈਬਰੇਟ ਕਰਾਂਗੇ। ਸਾਰੀ ਸਾਡੀ ਅੱਜ ਇੱਥੇ ਟੀਮ, ਸਾਰੇ ਮੈਂਬਰ ਡਾਇਰੈਕਟਰ ਇਕੱਠੇ ਹੋਏ ਨੇ। ਦੋ ਚੀਜ਼ਾਂ, ਪਹਿਲੀ ਹੈਗੀ ਫੇਅਰ ਕਬੱਡੀ, ਦੂਜੀ ਹੈਗੀ ਡਰੱਗ ਫਰੀ ਕਬੱਡੀ। ਇਹਦੀ ਇੰਪੋਰਟੈਂਸ ਕੀ ਹੈ, ਨੁਕਸਾਨ ਕੀ ਕਰਕੇ ਗਈ ਹੈ ਕਬੱਡੀ ਨੂੰ ਜਾਂ ਆਪਣੇ ਪਲੇਅਰਾਂ ਨੂੰ, ਉਹਨਾਂ ਸਾਰੇ ਬਾਰੇ ਡਿਸਕਸ ਕਰਾਂਗੇ ਅਤੇ ਕੀ ਮੈਜ਼ਰ ਲਿੱਤੇ ਜਾ ਰਹੇ ਨੇ ਇਸ ਨੂੰ ਠੀਕ ਕਰਨ ਵਾਸਤੇ, ਉਹ ਵੀ ਡਿਸਕਸ ਕੀਤੇ ਜਾਣਗੇ, ਜਿਹੜੀ ਕਿ ਐਂਟੀ ਡੋਪ ਪਾਲਿਸੀ USA ਕਬੱਡੀ ਫੈਡਰੇਸ਼ਨ 2019 ਨੇ ਬਣਾਈ ਹੈ ਅਤੇ ਜਿਹੜੀ ਕਿ ਅਸੀਂ ਪਬਲਿਕਲੀ ਪੋਸਟ ਵੀ ਕਰਾਂਗੇ ਸਾਰਿਆਂ ਲਈ। ਸੋ ਸਾਰੇ ਪਲੀਜ਼ ਵੈਲਕਮ ਸਰਦਾਰ ਸ਼ੱਬਾ ਥਿਆਰਾ। ਥੈਂਕ ਯੂ ਸੈਮ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੋਂ ਮੈਂ ਸ਼ੁਰੂ ਕਰਨੀ ਚਾਹੁੰਦਾ ਸੀ ਗੱਲਬਾਤ, ਆਪਣੀ ਕਬੱਡੀ ਜਿਹੜੀ ਹੈਗੀ ਹੈ ਨਾ, ਇੰਨੀ ਇਸ ਵੇਲੇ ਅਲਚ ਚੁੱਕੀ ਆ, ਵਿੱਚੋਂ ਇੱਕ ਫੇਅਰ ਕਬੱਡੀ ਨਹੀਂ ਹੋ ਰਹੀ, ਇੱਕ ਡਰੱਗ ਫਰੀ ਕਬੱਡੀ ਨਹੀਂ ਹੋ ਰਹੀ। ਸੋ ਜਿਹੜੀ ਆਪਾਂ ਫੇਅਰ ਕਬੱਡੀ ਦੀ ਗੱਲਬਾਤ ਕਰਦੇ ਹਾਂ ਨਾ, ਫੇਅਰ ਇਸ ਕਰਕੇ ਨਹੀਂ ਹੋ ਰਹੀ ਬਿਕੋਜ਼ ਸਾਰੇ ਜਿੰਨੇ ਵੀ ਫੈਡਰੇਸ਼ਨਾਂ ਜਾਂ ਮੈਚਸ ਹੁੰਦੇ ਆ, ਇਹਨਾਂ ਮੈਚਾਂ ਦੇ ਵਿੱਚ ਟੀਮ ਤਕੜੀ ਕਰ ਲਓ ਇੱਕ ਪਾਸੇ ਤਾਂ ਦੂਜੇ ਪਾਸੇ ਜਾ ਕੇ ਕਿਸੇ ਨੂੰ ਚਾਂਸਿਸ ਨਹੀਂ ਮਿਲ ਰਹੇ। ਜਿਹੜੇ ਨਵੇਂ ਆਪਣੇ ਜਨਰੇਸ਼ਨ ਦੇ ਪਲੇਅਰਸ ਆ, ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲ ਰਿਹਾ। ਸੋ ਉਹਦੇ ਬਾਰੇ ਆਪਾਂ ਨੂੰ ਚੇਂਜਸ ਜਿਹੜੀਆਂ ਹੈਗੀਆਂ, ਅਸੀਂ ਜੇ ਫੇਅਰ ਕਬੱਡੀ ਕਰਨੀ ਆ, ਸਾਨੂੰ ਜਿਹੜੀ ਸਾਡੀ ਫੈਡਰੇਸ਼ਨ ਦੇ ਰੂਲਸ ਆਪਾਂ ਬਣਾ ਰਹੇ ਹਾਂ ਜਾਂ ਜਿਹੜੇ ਅੱਜ ਆਪਾਂ ਤਕਾਲਾਂ 'ਤੇ ਸਾਰੇ ਪਬਲਿਸ਼ ਕਰ ਦੇਣੇ ਆ, ਇਕੱਲਾ ਇਕੱਲਾ ਰੂਲ ਸਾਡੀ ਵੈਬਸਾਈਟ ਦੇ ਉੱਪਰ ਹੋਊਗਾ। ਸੋ ਉਹ ਤੁਸੀਂ ਸਾਰੇ ਦੇਖ ਸਕਦੇ ਹਾਂ, ਜਿਹੜੀ ਆਪਣੇ ਲੋਕਲ ਪਲੇਅਰਸ ਆ ਉਹਨਾਂ ਨੂੰ ਵੀ ਓਨਾ ਚਾਂਸ ਮਿਲੂਗਾ। ਬਾਕੀ ਇਹ ਨਹੀਂ ਹੋ ਸਕਦਾ ਵੀ ਇਕੱਲੀ ਲੋਕਲ ਪਲੇਅਰਸ ਹੋ ਗਏ, ਉਹਦੇ ਵਿੱਚ ਇੰਟਰਨੈਸ਼ਨਲ ਪਲੇਅਰ ਉਹਨਾਂ ਨਾਲ ਖੇਲੂਗੇ, ਉਹਨਾਂ ਨੂੰ ਪਤਾ ਲੱਗੂਗਾ ਕਿ ਕਿਹੜੇ ਹਿਸਾਬ ਦੇ ਨਾਲ ਕਬੱਡੀ ਗਾਹਾਂ ਤੋਂ ਗਾਹਾਂ ਆਪਾਂ ਇੰਟਰਨੈਸ਼ਨਲ ਤਾਂ ਸਾਰੀ ਪਹੁੰਚਾਈ ਹੈ। ਮੇਨ ਗੱਲ ਸਾਡੀ ਐਂਡ ਦੇ ਉੱਤੇ ਇਹ ਹੈਗੀ ਆ, ਆਪਾਂ ਇਸ ਚੀਜ਼ ਨੂੰ ਲੈ ਕੇ ਚੱਲੀਏ ਵੀ ਐਂਡ ਗੋਲ ਸਾਡਾ ਸਾਰਿਆਂ ਦਾ ਇੱਕ ਹੋਣਾ ਚਾਹੀਦਾ। ਬਾਕੀ ਹੋਰ ਮੈਂ ਥੋੜ੍ਹੀ ਇਲੈਬਰੇਟ ਗੱਲ ਨੂੰ ਕਰਨੀ ਚਾਹੁੰਦਾ ਵੀ ਅਸੀਂ ਸਾਰੇ ਇਹ ਆਪਾਂ ਆਪਣੀ ਮਾਂ ਨੂੰ ਇੰਨਾ ਪਿਆਰ ਕਰਦੇ ਹਾਂ, ਸਾਰੀ ਉਮਰ ਉਹਦੀ ਪੂਜਾ ਕਰਦੇ ਹਾਂ। ਇਸ ਕਬੱਡੀ ਦਾ ਅਸੀਂ ਮਾਂ ਵਾਲੀ ਕਬੱਡੀ ਗੇਮ ਆਪਣੇ ਪਿੰਡਾਂ 'ਚੋਂ ਲੈ ਕੇ ਰਿਸਪੈਕਟ ਜਿਹੜੀ ਆ ਸਾਰੀ ਗੁਆਤੀ ਇਹਦੀ। ਸੋ ਉਸ ਚੀਜ਼ ਦੇ ਉੱਤੇ ਆਪਾਂ ਨੂੰ ਇੰਨਾ ਪ੍ਰਾਊਡ ਹੋਣਾ ਚਾਹੀਦਾ ਆਪਣੀ, ਜਿੱਦਾਂ ਆਪਾਂ ਮਾਂ ਦੇ ਉੱਤੇ ਆਪਾਂ ਪ੍ਰਾਊਡ ਹੁੰਦੇ ਹਾਂ, ਉਹ ਗੇਮ ਨੂੰ ਨਾਂ ਦੇ ਕੇ ਐਡਾ ਬੜਾ ਅੱਜ ਤੁਸੀਂ ਉਸ ਉਹਦੀ ਰਿਸਪੈਕਟ ਨਹੀਂ ਕਰ ਰਹੇ। ਸੋ ਇਹ ਅਸੀਂ ਚਾਹੁੰਦੇ ਹਾਂ ਅਤੇ ਆਪਾਂ ਮੁੜ ਕੇ ਇਸ ਗੇਮ ਦੀ ਜਿਹੜੀ ਅੱਜ ਤੋਂ ਸਦੀਆਂ ਤੋਂ ਚੱਲਦੀ ਆ ਰਹੀ ਆ, ਉਹ ਮੁੜ ਕੇ ਉਹਨੂੰ ਉਸੇ ਲੈਵਲ 'ਤੇ ਲਿਆਂਦਾ ਜਾਵੇ। ਤਾਂ ਕੋਸ਼ਿਸ਼ ਸਾਡੀ ਇਹ ਹੈਗੀ ਆ, ਸਾਡੀ ਸਾਰੀ ਟੀਮ ਦੀ ਐਂਡ ਦੇ ਲਿਜਾਣ ਦੀ, ਜੋ NBA NFL ਤਾਂ ਓਲੰਪਿਕਸ ਦੇ ਵਿੱਚ ਇਹ ਗੇਮ ਆ ਪਹੁੰਚ ਸਕਦੀ ਆ। ਸੋ ਬਾਕੀ ਡਰੱਗ ਫਰੀ ਜਿਹੜੀ ਆ ਇਸ ਕਬੱਡੀ ਦੇ ਸਾਡੇ ਸਾਰੇ ਜਿੰਨੇ ਹੈਗੇ ਆ ਰੂਲਸ ਆਲਰੇਡੀ ਬਣ ਚੁੱਕੇ ਆ, 200% ਡਰੱਗ ਫਰੀ ਹੋ ਗਏ। ਬਾਹਰ ਜਿਹੜੀ ਗੱਲਬਾਤ ਇਹ ਹੋ ਰਹੀ ਆ ਸਾਨੂੰ ਸਾਰੀ ਸੁਣ ਰਹੀ ਆ,
असी अनाउंसमेंट इस सोच समझ के कर रहे हैं कि कल सानू इस चीज़ के उत्ते कोई किसी तरह का इल्जाम जां एक कहना कि जिहड़े प्लेयर ड्रग्स के विच हैगे आ उह खिलाए जा रहे आ। इस करके असी जिहड़ी स्क्रीनिंग प्लेयरां दी पहलां करांगे, साडी जिहड़ी कंपनीज हैगी साडे कोल जिहड़ियां आपां हायर कर रहे हां ओह क्वेस्ट डायग्नोस्टिक कंपनी आ, ਉਹ ਕੰਪਨੀ $7 billion ਦੀ ਸਟਾਕ ਐਕਸਚੇਂਜ ਦੇ ਉੱਤੇ ਆ। ਸੋ ਜਿਹੜੀ ਡੋਪਿੰਗ ਦੀ ਗੱਲ ਹੈ, ਵਾੜਾ ਏਜੰਸੀ ਦੀ ਤੁਹਾਨੂੰ ਦੱਸ ਚੁੱਕਾ ਵੀ ਵਾੜਾ ਏਜੰਸੀ ਏਜੰਸੀ ਆ ਇਕੱਲੀ, ਉਹ ਕੋਈ ਲੈਬ ਨਹੀਂ। ਸੋ ਆਪਾਂ ਹਰੇਕ ਆਪਣੇ ਟੂਰਨਾਮੈਂਟ ਦੇ ਵਿੱਚ ਇਹਨਾਂ ਦੀ ਬੱਸ ਆਊਗੀ, ਬੱਸ ਦੇ ਵਿੱਚ ਉਹਨਾਂ ਦੀ ਟੀਮ ਸਟੈਂਡ ਬਾਏ ਹੋਊਗੀ। ਉਹ ਟੀਮ ਜਿਹੜੀ ਆ ਸਾਨੂੰ ਇੱਕ ਘੰਟੇ ਦੇ ਵਿੱਚ ਬੰਦੇ ਦਾ ਯੂਰਨ ਲੈ ਕੇ ਟੈਸਟ ਦੇ ਸਕਦੀ ਆ ਵੀ ਕੀ ਹੈ ਇਹਦੇ ਵਿੱਚ ਹੈਗਾ। ਦੂਜੀ ਗੱਲ, ਕੱਲ੍ਹ ਨੂੰ ਕੋਈ ਪਲੇਅਰ ਇੰਡੀਆ ਤੋਂ ਚੜ੍ਹਿਆ ਦਾ ਦੂਜੇ ਦਿਨ ਮੈਚ ਆ, ਉਹਦਾ ਡਰੱਗ ਨਹੀਂ ਹੋਇਆ, ਐਸ ਫੈਡਰੇਸ਼ਨ ਦੇ ਥੱਲੇ ਕੋਈ ਬੰਦਾ ਨਹੀਂ ਖੇਲ ਸਕਦਾ। ਜਿੰਨਾ ਚਿਕਰ ਜਿਹੜੇ ਮੈਂ ਫੈਡਰੇਸ਼ਨ ਦੇ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਉਹਦਾ ਟੈਸਟ ਨਹੀਂ ਹੁੰਦਾ। ਸੋ ਜਿਹੜਾ ਉਹਦਾ ਟੈਸਟ ਆ, ਟੈਸਟ ਦਾ ਰਿਜ਼ਲਟ ਸਾਡੀ ਵੈਬਸਾਈਟ ਦੇ ਉੱਤੇ ਹੋਊਗਾ, ਪਰ ਉਹਦੀ ਰਿਜ਼ਲਟ ਦੀ ਵੀ ਜਿਹੜੀ ਆ ਜਿੰਨਾ ਚਿਕਰ ਰਿਟਰਨ ਰਿਕੁਐਸਟ ਉਸ ਪਲੇਅਰ ਦੀ ਨਹੀਂ ਕਿਸੇ ਪਾਸੇ, ਉਹ ਰਿਕੁਐਸਟ ਪਲੇਅਰ ਦੇ ਕੋਲੋਂ ਤਾਂ ਫੈਡਰੇਸ਼ਨ ਦੇ ਕੋਲੋਂ ਸਾਈਨਡ ਹੋ ਕੇ ਕਾਪੀ ਆ ਉਹ ਰਿਲੀਜ਼ ਹੋ ਸਕਦੀ ਆ। ਬਿਕੋਜ਼ ਅੱਜ ਕੱਲ੍ਹ ਦੇ ਵਿੱਚ ਤੁਸੀਂ ਕਿਸੇ ਪਲੇਅਰ ਦੀ ਨਾ ਤਾਂ ਤੁਸੀਂ ਬੇਇੱਜ਼ਤੀ ਕਰ ਸਕਦੇ ਹਾਂ, ਨਾ ਹੀ ਤੁਸੀਂ ਉਸ ਪਲੇਅਰ ਦੀ ਕਿਸੇ ਤਰ੍ਹਾਂ ਦੀ ਉਹਦੀ ਜਿਹੜੀ ਪ੍ਰਾਈਵੇਟ ਪਾਲਿਸੀ ਆ ਬਾਹਰ ਕੱਢ ਸਕਦੇ ਹਾਂ। ਆਪਾਂ ਨੂੰ ਚਾਹੀਦਾ ਪਲੇਅਰ ਨੂੰ ਖਰੀਦਿਆ ਜਾਵੇ ਜਾਂ ਪਲੇਅਰ ਨੂੰ ਕੋਈ ਆਪਰਚੁਨਿਟੀ ਦਿੱਤੀ ਜਾਵੇ, ਇਸ ਕਰਕੇ ਦਿੱਤੀ ਜਾਵੇ ਵੀ ਉਹਦਾ ਜਿਹੜਾ ਟੈਲੈਂਟ ਆ, ਟੈਲੈਂਟ ਦੇ ਹਿਸਾਬ ਦੇ ਨਾਲ ਕਿ ਉਹਦੇ ਵਿੱਚ ਟੈਲੈਂਟ ਹੈਗਾ ਕਿ ਨਹੀਂ ਹੈਗਾ। ਉਸ ਕੋਈ ਵੀ ਪਲੇਅਰ ਨੂੰ ਕਿਸੇ ਪ੍ਰਮੋਟਰ ਦੀ, ਕੋਈ ਵੀ ਪਲੇਅਰ ਕਿਸੇ ਨੂੰ ਕੋਈ ਹੋਰ ਵਿੱਚ ਏਜੰਟ ਦੀ ਜਾਂ ਕਿਸੇ ਦੀ ਫਰਮਾਇਸ਼ ਪਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਉਹ ਪਲੇਅਰ ਨੂੰ ਆਪਣੇ ਆਪ 'ਤੇ ਸਟੈਂਡ ਹੋਣਾ ਚਾਹੀਦਾ। ਇਹ ਗੱਲ ਮੈਂ ਉਸ ਪਲੇਅਰਾਂ ਨੂੰ ਕਰਦਾ ਜਿਹੜੇ ਪਲੇਅਰ ਆਪਣੇ ਆਪ ਨੂੰ ਡਰੱਗ ਦੇ ਵਿੱਚ ਲਿਆ ਕੇ ਖਰਾਬ ਕਰ ਲੈਂਦੇ ਆ, ਫਿਰ ਮਗਰੋਂ ਸਾਰੀ ਉਮਰ ਮਿਹਨਤਾਂ 'ਤੇ ਲੱਗੇ ਰਹਿੰਦੇ ਆ ਵੀ ਸਾਨੂੰ ਖਿਲਾ ਲਓ, ਸਾਨੂੰ ਖਿਲਾ ਲਓ, ਵੀ ਅਸੀਂ ਹੁਣ ਠੀਕ ਹਾਂ। ਆਹ ਜਿਹੜੀ ਫੈਡਰੇਸ਼ਨ ਆ ਆਪਾਂ ਜਿਹੜੇ ਹਿਸਾਬ ਨਾਲ ਬਣਾ ਰਹੇ ਹਾਂ, ਤੁਹਾਡੇ ਸਾਰੇ ਸਹਿਯੋਗ ਦੇ ਨਾਲ ਇਹ ਕੰਮ ਤੁਰ ਚੜ੍ਹਨਾ, ਅਸੀਂ ਇਕੱਲੇ ਨਹੀਂ ਕਰ ਸਕਦੇ। ਸੋ ਮੈਂ ਹੁਣ ਵੀ ਸੈਮ ਮੇਰੇ ਨਾਲ ਬੈਠਾ, ਤਲਵੰਤ ਅਸ਼ਰ ਸੀਤਲ ਸੁਖੀ ਤਾਂ ਤ੍ਰਿਲੋਚਨ, ਇਹ ਸਾਰੇ ਬੰਦੇ ਬਹੁਤ ਹਾਰਡ ਵਰਕ ਕਰ ਰਹੇ ਇਸ ਕੰਮ ਦੇ ਲਈ। ਸੋ ਸਾਨੂੰ ਤੁਹਾਡੀ ਸਾਰਿਆਂ ਦੀ ਮਦਦ ਦੀ ਲੋੜ ਆ, ਸਾਰੀਆਂ ਫੈਡਰੇਸ਼ਨ ਦੀ ਲੋੜ ਆ। ਇੰਡੀਆ ਦੇ ਵਿੱਚ ਮੈਂ ਫਿਰ ਵੀ ਮੁੜ ਕੇ ਇਹ ਰਿਕੁਐਸਟ ਕਰਨੀ ਹੈ, ਇੰਡੀਆ ਦੇ ਵਿੱਚ ਜਿਹੜਾ ਕੰਮ ਨਿਆਣਿਆਂ ਦੇ ਲਈ ਹੋ ਰਿਹਾ ਹੋਵੇ ਉਹ ਟੋਟਲੀ ਗਲਤ ਹੋ ਰਿਹਾ। ਉੱਥੇ ਸਾਨੂੰ ਗਾਹਾਂ ਜਿਹੜੇ ਹੈਗੇ ਆ, ਮੈਚ ਜਿਹੜੇ ਆ ਘੱਟ ਕਰਾਓ, ਸਹੀ ਕਰਾਓ, ਰੂਲਸ ਰੈਗੂਲੇਸ਼ਨ ਫੋਲੋ ਕਰੋ, ਮੁੰਡਿਆਂ ਦੇ ਹੱਕ ਦੇ ਪੈਸੇ ਦਿਵਾਓ ਉਹਨਾਂ ਨੂੰ ਜਿੰਨੇ ਉਹਨਾਂ ਨੂੰ ਮਿਲਣੇ ਚਾਹੀਦੇ। ਤਿੰਨ ਤਿੰਨ ਮੈਚ ਲਗਾਤਾਰ ਦਿਹਾੜੀ ਦੇ ਵਿੱਚ ਕੋਈ ਪਲੇਅਰ ਨਹੀਂ ਖੇਲ ਸਕਦਾ। ਦੂਜੇ ਦਿਨ ਰਾਤ ਨੂੰ ਫੇਰ ਜਾਂਦੇ ਘਰ 12 ਵਜੇ 10 ਵਜੇ ਫੇਰ ਗਰਾਊਂਡ ਦੇ ਵਿੱਚ, ਐਡੀ ਬੜੀ ਬਿਗ ਪ੍ਰੋਬਲਮ ਉੱਥੇ ਇੰਡੀਆ ਦੇ ਵਿੱਚ। ਸੋ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਮੁੜ ਕੇ, ਇੰਡੀਆ ਦੇ ਵਿੱਚ ਸਾਨੂੰ ਬਹੁਤ ਕਰੈਕਸ਼ਨ ਕਰਨ ਦੀ ਲੋੜ ਆ। ਡਰੱਗ ਜਿਹੜੀ ਹੈਗੀ ਆ, ਇੰਡੀਆ ਦੀ ਗਵਰਨਮੈਂਟ ਦੇ ਨਾਲ ਕਹਿਣ ਉਹ ਡਰੱਗ ਨੂੰ ਮੁਕਾਓ, ਸ਼ੁਰੂਆਤ ਇੰਡੀਆ ਤੋਂ ਹੋਣੀ ਚਾਹੀਦੀ ਆ। ਅਸੀਂ ਤਾਂ ਇੱਥੇ ਟੈਸਟ ਕਰਾਉਣੇ ਆ, ਟੈਸਟਾਂ ਤੋਂ ਬਗੈਰ ਕੋਈ ਪਲੇਅਰ ਖੇਡਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਾਡੇ ਪ੍ਰੈਜ਼ੀਡੈਂਟ ਸਰਦਾਰ ਸਭਾ ਤਿਆਰਾ। ਅਗੇਨ ਜਿਹੜੀਆਂ ਚੀਜ਼ਾਂ 'ਤੇ ਟੱਚ ਬੇਸ ਇਹਨਾਂ ਨੇ ਕੀਤਾ ਉਹ ਬਹੁਤ ਇੰਪੋਰਟੈਂਟ ਨੇ। ਸਾਡੇ ਅਗਲੇ ਟੀਮ ਮੈਂਬਰ ਜਿਹੜੇ ਕਿ ਸਾਡੇ ਚੇਅਰਮੈਨ ਫੈਡਰੇਸ਼ਨ ਦੇ ਪੂਰੇ ਵਰਲਡ ਦੇ ਵਿੱਚ ਰਿਨਾਊਂਡ ਕਬੱਡੀ ਦੀ, ਉਹਨਾਂ ਦੀ ਬਹੁਤ ਦੇਣ ਹੈ ਪਿਛਲੇ 30 ਸਾਲਾਂ ਦੇ ਕਬੱਡੀ ਖੇਡਦੇ ਰਹੇ ਨੇ, ਸਰਦਾਰ ਕਰਵੰਤ ਸਿੰਘ ਲੱਸਰ, ਪਲੀਜ਼ ਵੈਲਕਮ। ਮੈਂ ਕਰਵੰਤ ਲੱਸਰ, ਮੇਰੇ ਅਤੇ ਵੱਡੇ ਵੀਰ ਵੀਰ ਸ਼ੇਰਗਿੱਲ, ਛੋਟੇ ਭਾਈ ਪ੍ਰਦੁਮਨ ਸਾਹਿਬ, ਭਾਅ ਜੀ ਸੰਤੋਖ ਹੋਣੀ, ਤਕਰੀਬਨ ਇਹਨਾਂ ਦੇ ਨਾਲ 1-2 ਮਹੀਨੇ ਤੋਂ ਗੱਲਬਾਤ ਕਰਦੇ ਰਹੇ ਹਾਂ ਵੀ ਆਪਾਂ ਨੂੰ ਕੁਛ ਕਰਨਾ ਪੈਣਾ ਅੱਜ ਦੀ ਟਾਈਮ ਦੀ ਲੋੜ।
पंजाब दे विच आए आपां सारे सज्जण जिद्दण घर घर विच कबड्डी जां पहलवानां नूं लोकां दा प्यार अथाह एक पिंड विचों एक पहलवान जां एक प्लेयर खेलदा सी हरेक पिंड दे विचों 90% लोग उहनूं देखण जांदे सी जां आए नूं धन्नवाद करदे सी बच्चियां तों आशीर्वादां दवाउंदे सी छोटियां नूं अज उहदी जे आउटपुट देखिए हालात इत्थे तक बिगड़ चुके आ जिहड़े बंदे सारी उम्र स्पोर्ट्स विच रहे अज अपने बच्चियां नूं इधर स्पोर्ट्स विच लियाउण तों गुरेज करदे आ इहनां सारे वीरां दे दी पुरजोर मंग दे आधार ते छब्बे भाजी ने यह बीड़ा चक्किया असी सारे वालों मैं इन्हों का धन्यवाद करदा अज जे ये चीज़ आपां कीती आ अज लगेगा कि प्लेयर सोचणगे वी खनी साडे विरुद्ध आ असी अज भी कार विच मेरे छोटे पुत्र अहीं इन्हां नाल गल्लां करदे आउंदे सी अहीं कहा तुसीं की समझदे हो वी ये ड्रग ठाउणा किहदे फायदे की गल आ ਉਹ ਕਹਿੰਦੇ ਚਾਚਾ ਜੀ ਫਾਇਦੇ ਦੀ ਕਿਹਦੇ ਗੱਲ ਆ ਇਹ ਗੱਲ ਜਿਹੜੀ ਆ ਇਹ ਪਲੇਅਰਾਂ ਦੇ ਫਾਇਦੇ ਦੀ ਗੱਲ ਆ ਬੱਚੇ ਸਮਝਦੇ ਇਸ ਗੱਲ ਨੂੰ ਇਹ ਗੱਲ ਫੈਕਟ ਆ ਸਹੀ ਆ ਉਹ ਮੇਰੇ ਵੀਰੋ ਮੈਂ ਇੱਕ ਸਿਰਫ ਇੱਕੋ ਹੀ ਪਲੇਅਰ ਦੇਖਿਆ ਜਿਹਨੂੰ ਤਾਊ ਦੇ ਨਾਲ ਮਸ਼ਹੂਰ ਪਲੇਅਰ ਤਕਰੀਬਨ ਉਹ ਆਪਣੀ ਕਬੱਡੀ ਅਕੈਡਮੀ ਤੋਂ ਆਇਆ ਕਾਫੀ ਸਾਲ ਰਿਹਾ ਬਹੁਤ ਵਧੀਆ ਪਲੇਅਰ ਸੀ ਉਹਨੇ ਇਫੈਕਟ ਮੰਨਿਆ ਕੱਲ੍ਹ ਵੀ ਮੈਂ ਡਰੱਗ ਕਰਦਾ ਸੀ ਸਿਰਫ ਇੱਕ ਪਲੇਅਰ ਅਸੀਂ ਇਹ ਨਹੀਂ ਕਹਿੰਦੇ ਮੈਂ ਕਹਿੰਦਾ ਕੋਈ ਪਲੇਅਰ ਵੀ ਡਰਾ ਕਰਦਾ ਹੋਊਗਾ ਜਾਂ 100% ਕਰਦੇ ਹੋਣਗੇ ਪਰ ਤੁਸੀਂ ਦੱਸੋ ਵੀ ਜਿਹੜੀ 100 ਪਲੇਅਰ ਦੀ ਲਿਸਟ ਜਾਂ 10 ਪਲੇਅਰਾਂ ਦੀ ਲਿਸਟ ਆਈ ਆ ਉਹਨਾਂ 'ਚੋਂ ਕਿਸੇ ਨੇ ਵੀ ਮਰਦਪਣਾ ਨਹੀਂ ਮੁੜ ਕੇ ਕੀਤਾ ਵੀ ਭਾਈ ਇਹ ਸਾਡੇ ਤੋਂ ਗਲਤੀਆਂ ਹੋਈਆਂ ਆਉਣ ਵਾਲੇ ਭਵਿੱਖ ਵਿੱਚ ਅਸੀਂ ਮਾਫ਼ੀ ਮੰਗਦੇ ਹਾਂ ਜਾਂ ਭਵਿੱਖ ਵਿੱਚ ਅਸੀਂ ਇਹਨਾਂ ਬੱਚਿਆਂ ਨੂੰ ਕਹਿੰਦੇ ਹਾਂ ਵੀ ਇਹ ਕੰਮ ਨਾ ਕਰੀਏ ਇਸ ਕਰਕੇ ਇਹਨਾਂ ਫੈਡਰੇਸ਼ਨਾਂ ਨੂੰ ਇਹ ਜ਼ੋਰ ਲਾਉਣਾ ਪੈ ਰਿਹਾ ਜਾਂ ਉਹਨਾਂ 'ਤੇ ਸਟ੍ਰਿਕਟ ਹੋਣਾ ਪੈ ਰਿਹਾ ਕਿਉਂਕਿ ਕਈ ਵਾਰੀ ਬੰਦਾ ਗਲਤੀ ਕਰਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਵੀ ਮੈਂ ਗਲਤ ਹਾਂ ਦੂਸਰੇ ਬੰਦੇ ਨੂੰ ਪਤਾ ਹੁੰਦਾ ਇਹ ਬੰਦਾ ਖੂਹ 'ਚ ਡਿੱਗ ਰਿਹਾ ਜਿਹੜਾ ਬੰਦਾ ਜਾ ਰਿਹਾ ਨਾ ਉਹਨੂੰ ਨਹੀਂ ਲੱਗਦਾ ਵੀ ਮੈਂ ਖੂਹ 'ਚ ਜਾ ਰਿਹਾ ਮੇਰਾ ਖਿਆਲ ਇੱਕ ਬਾਕੀ ਡਰੱਗ ਬਾਰੇ ਤਾਂ ਉਹਨੇ ਬਹੁਤ ਕਲੀਅਰ ਕਰ ਦਿੱਤਾ ਬਾਕੀ ਮੈਂ ਇੱਕ ਹੋਰ ਗੱਲ ਇਸ ਸਭ ਤੋਂ ਵੱਡੀ ਜਿਹੜਾ ਸਾਡਾ ਫੈਸਲਾ ਫੈਡਰੇਸ਼ਨ ਦਾ ਹੋਇਆ ਸੀ ਬਈ ਇਹ ਅਸੀਂ ਇੱਕ ਫੈਕਟ ਕਲੀਅਰ ਕੀਤੀ ਗੱਲ ਵੀ ਜਿਹੜੇ ਵੀ ਟੂਰਨਾਮੈਂਟ ਵਿੱਚ ਸਾਡੇ ਪਲੇਅਰ ਖੇਲਣਗੇ ਇੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਚਕਨਟ ਤੇਲ ਬਾਮ ਉਹ ਲਾਉ ਨਹੀਂ ਕੀਤੀ ਜਾਊਗੀ ਉਹ ਪਰਨਾ ਫੜ ਕੇ ਦੂਜੀ ਟੀਮ ਦੇ ਪਲੇਅਰ ਉਹਨਾਂ ਦਾ ਸਰੀਰ ਨਹੀਂ ਸਾਫ਼ ਕਰਨਗੇ ਉਹਦੇ ਵਿੱਚ ਸਾਡੀ ਪ੍ਰੋਪਰ ਕਮੇਟੀ ਬਣਾਈ ਜਾਊਗੀ ਟੂਰਨਾਮੈਂਟ ਵਿੱਚ ਜੇ ਉਸ ਕਮੇਟੀ ਨੇ ਇੱਕ ਵੀ ਪਲੇਅਰ ਨੂੰ ਫੜ ਲਿਆ ਜਾਂ ਉਹਨੂੰ ਡਿਕਲੇਅਰ ਕਰ ਦਿੱਤਾ ਉਹਦਾ ਉਸ ਟੂਰਨਾਮੈਂਟ ਵਿੱਚ ਸਸਪੈਂਡਡ ਹੋਊਗਾ ਅਤੇ ਉਸ ਪਲੇਅਰ ਦੇ ਦਿੱਤੇ ਹੋਏ ਜਿਹੜੇ ਪੈਸੇ ਉਹਨੂੰ ਮਿਲਣੇ ਆ ਉਹ ਸਸਪੈਂਡ ਕੀਤੇ ਜਾਣਗੇ ਜੇ ਦੂਜੀ ਵਾਰ ਉਹ ਪਲੇਅਰ ਫਿਰ ਕਿਸੇ ਤਰੀਕੇ ਨਾਲ ਦੁਬਾਰਾ ਉਹ ਚੀਜ਼ ਫੇਰ ਕਰਦਾ ਤਾਂ ਸੀਜ਼ਨ ਲਈ ਉਹਨੂੰ ਬੈਨ ਕੀਤਾ ਜਾਊਗਾ ਇਹ ਮੰਗ ਮੈਂ ਦੁਨੀਆ ਦੀਆਂ ਸਾਰੀਆਂ ਫੈਡਰੇਸ਼ਨਾਂ ਤੋਂ ਚਾਹੁੰਦਾ ਸਭ ਕੁਝ ਹੋ ਜਾਣ ਹੋ ਸਕਦਾ ਪਰ ਚੰਗੇ ਕੰਮ ਕਰਨ ਨੂੰ ਚੰਗੇ ਬੰਦਿਆਂ ਨੂੰ ਚੰਗੀ ਸੋਚ ਦੀ ਲੋੜ ਆ ਅੱਜ ਅਸੀਂ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾਇਆ ਮੈਂ ਤਕਰੀਬਨ ਸਿਆਟਲ ਤੋਂ ਹੋਰ ਸਾਰੇ ਜਿੰਨੇ ਵੀਰ ਸਾਡੇ ਆਪਣੇ ਨਾਲ ਸਹਿਯੋਗੀ ਆ ਇੱਥੇ ਆਪਣੇ ਬੇਰੀਅਸ ਭਾਜੀ ਹੋਣੀ ਇਹਨਾਂ ਸਾਰਿਆਂ ਦੀ ਤਕਰੀਬਨ ਮੰਗ ਸੀਗੀ ਅਸੀਂ ਤੁਹਾਡੀ ਮੰਗ 'ਤੇ ਅੱਜ ਪਹਿਰਾ ਦੇ ਰਹੇ ਹਾਂ ਤੁਸੀਂ ਸਾਡਾ ਸਾਰਿਆਂ ਦਾ ਸਾਥ ਦਿਓ ਕਿਸੇ ਵੀ ਸੱਜਣ ਦੇ ਬੋਲਿਆ ਕਿਸੇ ਨੂੰ ਪਰਸਨਲ ਮੈਂ ਕਿਹਾ ਨਹੀਂ ਜੇ ਹੈਗਾ ਤਾਂ ਗਲਤੀ ਮਾਫ਼ ਕਰਨੀ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਡੀਟੇਲ ਦੇ ਵਿੱਚ ਸਭਾ ਭਾਅ ਜੀ ਤੁਹਾਨੂੰ ਦੱਸ ਕੇ ਗਏ ਆ ਜਿਹੜੇ ਕਿ ਸਾਡੇ ਪ੍ਰਧਾਨ ਜੀ ਅਤੇ ਕੁਲਵੰਤ ਸਿੰਘ ਜੀ ਅਤੇ ਸਾਡੇ ਜਿੰਨੇ ਵੀ ਸਾਰੇ ਬਾਹਰੋਂ ਸੱਜਣ ਆਏ ਆ ਅਤੇ ਸੁੱਖੀ ਭਾਅ ਜੀ ਘੁੰਮਣ ਜੀ ਜਿਹੜੇ ਕਿ ਡਾਇਰੈਕਟਰ ਆ ਬੇਕਰ ਸਵੀਟ ਤੋਂ ਤਲਰਜਨ ਮੁੰਡੀ ਜੀ ਆਪਣੇ ਸ਼ੇਰ ਗਿੱਲ ਸਾਹਿਬ ਹੋਰ ਵੀ ਜਿੰਨੇ ਬੇਰੀਏ ਤੋਂ ਵੀ ਪਹੁੰਚੇ ਆ ਸਾਡੇ ਸੁੱਖੀ ਚਾਲ ਸਾਹਿਬ ਆਏ ਸੀਗੇ
ਅਸੀਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਸਾਰੇ ਰਲ ਕੇ ਸਾਥ ਦਿਓ ਅਤੇ ਜਿੰਨੀਆਂ ਵੀ ਕਬੱਡੀ ਫੈਡਰੇਸ਼ਨਸ ਹੈਗੀਆਂ ਅਸੀਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਆਓ ਆਪਾਂ ਰਲ ਕੇ ਸਾਰੇ ਹਮਲਾ ਮਾਰੀਏ ਅਤੇ ਇਸ ਮਾਂ ਖੇਡ ਕਬੱਡੀ ਨੂੰ ਆਪਾਂ ਇਸ ਗੰਧ ਨੂੰ ਸਾਫ਼ ਕਰਕੇ ਇੱਕ ਵਧੀਆ ਪਲੇਟਫਾਰਮ 'ਤੇ ਲਿਆ ਕੇ ਇਹਨੂੰ ਓਲੰਪਿਕ ਤੱਕ ਲੈ ਕੇ ਜਾਈਏ। ਜਿੱਦਾਂ ਭਾਜੀ ਹੁਣੀ ਦੱਸਿਆ ਕਿ ਜਿਹੜੇ ਵੀ ਆਪਣੇ NBA NFL ਦੇ ਸਾਰੇ ਡਰੱਗ ਪੋਲਿਸੀ ਰੂਲ ਹੈਗੀਆਂ ਉਹਨਾਂ ਨੂੰ ਫੋਲੋ ਕਰੀਏ ਅਤੇ ਆਪਾਂ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਵਰਲਡ ਲੈਵਲ 'ਤੇ ਲਿਜਾ ਸਕਦੇ ਹਾਂ। ਆਪਾਂ ਜੇ ਇਸ ਖੇਡ ਕਬੱਡੀ ਨੂੰ ਆਪਣੇ ਤੌਰ 'ਤੇ ਸਾਰੇ ਆਪਣੀ ਸ਼ੋਹਰਤ ਵਾਸਤੇ ਮੈਚ ਕਰਵਾ ਕੇ ਉਹ ਇਸ ਕਰਕੇ ਆਪਾਂ ਕਲੀਨ ਨਹੀਂ ਕਰ ਸਕਦੇ। ਇਹ ਸਾਰਿਆਂ ਨੂੰ ਰਲ ਮਿਲ ਕੇ ਅੰਬਲਾ ਮਾਰਨ ਦੀ ਲੋੜ ਆ। ਜਿੰਨੀਆਂ ਵੀ ਫੈਡਰੇਸ਼ਨਸ ਹੈਗੀਆਂ ਓਨਟਾਰੀਓ ਫੈਡਰੇਸ਼ਨ, ਇੰਗਲੈਂਡ ਫੈਡਰੇਸ਼ਨ, BC, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ, ਉੱਥੇ ਦੋ ਹੋਰ ਵੀ ਹੈਗੀਆਂ ਟੋਨੀ ਭਾਜੀ ਦੀ ਅਤੇ ਹੋਰ ਵੀ ਆਸਟ੍ਰੇਲੀਆ ਦੀ, ਸਾਰਿਆਂ ਨੂੰ ਅਪੀਲ ਆ ਆਪਾਂ ਰਲ ਕੇ ਜਿਹੜੇ ਵੀ ਡਰੱਗ ਪੋਲਿਸੀ ਹੈਗੀਆਂ ਫੈਸਲੇ ਹੈਗੇ ਆ ਉਹਨਾਂ ਨੂੰ ਲਾਗੂ ਕਰੀਏ ਅਤੇ ਇਸ ਮਾਂ ਖੇਡ ਕਬੱਡੀ ਨੂੰ ਰਲ ਕੇ ਆਪਾਂ ਉੱਪਰ ਲੈ ਕੇ ਜਾਈਏ। ਬਾਕੀ ਜਿੰਨੇ ਵੀ ਇਸ ਸਾਲ ਸਾਡੇ ਟੂਰਨਾਮੈਂਟ ਨੇ ਦੱਸਿਆ, ਅਸੀਂ ਵੱਧ ਤੋਂ ਵੱਧ ਲਾਸਟ 5-4 ਸਾਲ ਤੋਂ ਜਿੰਨੇ ਵੀ ਟੂਰਨਾਮੈਂਟ ਇੱਥੇ ਹੋਏ ਆ ਉਹ ਤੋਂ ਵੱਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਉਹ ਪਲੇਅਰ ਅਸੀਂ ਹੁਣ ਪਹਿਲਾਂ ਤਿਆਰ ਕਰਾਂਗੇ ਜਿਹੜੇ ਕਿ ਡਰੱਗ ਫਰੀ ਪਲੇਅਰ ਅਸੀਂ ਅਵੇਲੇਬਲ ਕਰ ਸਕੀਏ ਅਤੇ ਫਿਰ ਅਸੀਂ ਬਾਅਦ ਵਿੱਚ ਉਹਨਾਂ ਦੀ ਡੇਟਸ ਬਾਰੇ ਦੱਸੀਆਂ ਜਾਣਗੀਆਂ। ਅਤੇ ਇੰਨਾ ਹੋਇਆ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਸਾਰੇ ਦਰਸ਼ਕਾਂ ਸਰੋਤਿਆਂ ਦਾ, ਅਤੇ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸਾਡੇ ਨੈਕਸਟ ਟੀਮ ਮੈਂਬਰ ਜਿਹੜੇ ਕਿ ਸਾਡੇ ਟ੍ਰੈਜਰੀ ਨੇ, ਇਹਨਾਂ ਬਾਰੇ ਜਿੰਨਾ ਕਿਹਾ ਜਾਵੇ ਘੱਟ ਨੇ। ਸੱਚੇ ਤਰੀਕੇ ਦੇ ਨਾਲ ਇਹ ਗੁਰੂ ਦੀ ਸੇਵਾ ਵੀ ਕਰਦੇ ਨੇ, ਇਹ ਕਮਿਊਨਿਟੀ ਦੇ ਵਿੱਚ ਬਹੁਤ ਇਨਵੋਲਵ ਨੇ। ਸਾਡੇ ਟ੍ਰੈਜਰੀ ਲੀਗਲ ਸੀਤਲ ਸਿੰਘ ਨਿੱਜਲ, ਪਲੀਜ਼ ਵੈਲਕਮ। ਸਾਰਿਆਂ ਨੂੰ ਹੀ ਜੀ ਆਇਆਂ ਧੰਨਵਾਦ ਹੈ। ਮੇਰਾ ਨਾਂ ਸੀਤਲ ਸਿੰਘ ਨਿੱਜਲ, ਜਿਸ ਤਰ੍ਹਾਂ ਸੈਮ ਨੇ ਦੱਸਿਆ ਹੈ, ਮੈਂ ਪਿਛਲੇ ਕਾਫੀ ਸਮੇਂ ਤੋਂ ਕਬੱਡੀ ਦੇ ਨਾਲ ਵੀ ਜੁੜਿਆ ਹੋਇਆ ਹਾਂ, ਕਮਿਊਨਿਟੀ ਦੇ ਵਿੱਚ ਵੀ ਵਿਚਰ ਕੇ ਸੇਵਾ ਕਰ ਰਿਹਾ ਹਾਂ। ਫਿਰ ਕਬੱਡੀ ਨੂੰ ਕਰਨ ਵਾਸਤੇ ਸਾਨੂੰ ਸਾਰੇ ਹੀ ਆਪਸ ਵਿੱਚ ਜਿਹੜਾ ਤਾਲਮੇਲ ਆ ਉਹ ਰੱਖਣਾ ਜ਼ਰੂਰੀ ਹੈਗਾ, ਕਿਉਂਕਿ ਜਿੰਨਾ ਚਿਰ ਤਾਲਮੇਲ ਨਹੀਂ ਹੈ ਉਨਾ ਚਿਰ ਉਹ ਫਿਰ ਕਬੱਡੀ ਵੀ ਨਹੀਂ ਹੁੰਦੀ। ਉਸ ਦੇ ਵਾਸਤੇ ਜਿਹੜੀਆਂ ਮੇਨ ਕਾਰਨ ਜਿਹੜੇ ਆ ਉਹ ਅਸੀਂ ਆਪਣੇ ਬਾਏ ਰੂਲ ਰੈਗੂਲੇਸ਼ਨ 'ਚ ਪਾਏ ਹਨ ਵੀ ਉਸਨੂੰ ਕਿਸ ਤਰ੍ਹਾਂ, ਜਿਸ ਤਰ੍ਹਾਂ ਸ਼ਬੇ ਭਾਜੀ ਨੇ ਦੱਸਿਆ ਵੀ ਗ੍ਰੇਟ ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ, ਉਹ ਪਲੇਅਰਾਂ ਦੇ ਬੇਸ 'ਤੇ ਕੱਢੇ ਜਾਣਗੇ, ਫਿਰ ਉਹਨੂੰ ਲੋਟਰੀ ਸਿਸਟਮ ਦੇ ਨਾਲ ਉਹ ਟੀਮਾਂ ਬਣਾਈਆਂ ਜਾਣਗੀਆਂ। ਉਹਦੇ ਵਿੱਚ ਫੈਡਰੇਸ਼ਨਾਂ ਦੇ ਨਾਲ ਵੀ ਫੇਰ ਹੋਊਗੀ, ਪਲੇਅਰਾਂ ਨਾਲ ਵੀ ਫੇਰ ਹੋਊਗਾ, ਅਤੇ ਜਿਹੜੀ ਉਹਦੀ ਸੈਲਰੀ ਕੈਪ ਹੈ ਉਹ ਵੀ ਰੱਖੀ ਜਾਊਗੀ। ਵੀ ਉਹਦੇ ਵਿੱਚ ਕੋਈ ਇਹ ਨਹੀਂ ਵੀ ਇੱਕ ਕੋਈ 5,000 ਨੂੰ ਪਲੇਅਰ ਕੋਈ ਲੈ ਜਾਵੇ ਅਤੇ ਕੋਈ 4,000 ਨੂੰ ਲੈ ਜਾਵੇ ਅਤੇ ਕੋਈ 2,000 ਨੂੰ ਲੈ ਜਾਵੇ, ਕਿਸੇ ਨੂੰ 1,000 ਬਣਾ ਮਿਲੇ। ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਅਸੀਂ ਜ਼ਰੂਰ ਉਹ ਮੈਂਸ਼ਨ ਕੀਤੀਆਂ ਹਨ, ਉਹਨਾਂ 'ਤੇ ਕਿੱਦਾਂ ਕੰਟਰੋਲ ਕਰਨਾ ਹੈ ਉਹ ਸਾਰੇ ਫੈਡਰੇਸ਼ਨ ਦੇ ਰੂਲ ਰੈਗੂਲੇਸ਼ਨ 'ਚ ਪਾਏ ਹੋਏ ਹਨ। ਸੋ ਇਹ ਜਿਹੜਾ ਫੇਅਰ ਕਬੱਡੀ ਤਾਂ ਹੀ ਬਣ ਸਕਦੀ ਹੈ। ਦੂਸਰਾ, ਡਰੱਗ ਫਰੀ ਦੇ ਬਾਰੇ ਆਪਾਂ ਬਹੁਤ ਗੱਲਾਂ ਕਰ ਲਈਆਂ, ਉਹ 'ਤੇ ਅਸੀਂ 101% ਅਸੀਂ ਆਪਣਾ ਪੂਰਾ ਯੋਗਦਾਨ USA ਫੈਡਰੇਸ਼ਨ ਦਾ ਜਿਹੜਾ ਹੋਊਗਾ ਉਹਦੇ ਵਿੱਚ ਕੋਈ ਕਿਸੇ ਦੇ ਨਾਲ ਫੇਅਰ ਨਹੀਂ ਕੀਤਾ ਜਾਊਗਾ। ਸੋ ਉਹ 100% ਗਰੰਟੀ ਹੋਊਗੀ। ਹਾਂ, ਅਸੀਂ ਕਬੱਡੀ ਨੂੰ ਮਾਂ ਖੇਡ ਕਬੱਡੀ ਜਿਹੜੀ ਆਪਾਂ ਬਹੁਤ ਚਿਰ ਤੋਂ ਕਹਿੰਦੇ ਹਾਂ, ਅਤੇ ਮਾਂ ਖੇਡ ਕਬੱਡੀ ਅਸੀਂ ਉੱਥੇ ਇੰਡੀਆ 'ਚ ਵੀ ਖੱਤਿਆਂ 'ਚ ਖੇਡਦੇ ਆਏ ਹਾਂ ਪਹਿਲਾਂ ਤੋਂ, ਅਤੇ ਇੱਥੇ ਵੀ ਅਸੀਂ ਉਹ ਖੱਤਿਆਂ ਦੇ ਵਿੱਚ ਹੀ ਰੱਖੀ ਆ ਅਤੇ ਫਰੀ ਕਬੱਡੀ ਰੱਖੀ ਹੋਈ ਆ। ਅਸੀਂ ਤਰੱਕੀ ਵੀ ਕਿਉਂ ਨਹੀਂ ਕਰ ਰਹੇ ਸਾਡੀ ਸਪੋਰਟਸ, ਤੁਸੀਂ ਇੱਥੇ ਦੀਆਂ ਕੋਈ ਵੀ ਸਪੋਰਟਸ ਦੇਖ ਲਓ ਉਹ ਸਪੋਰਟਸ ਦੇ ਵਿੱਚ ਸਟੇਡੀਅਮ ਭਰੇ ਹੁੰਦੇ ਆ, ਉਹ ਕੀ ਕਾਰਨ ਆ? ਉਹ ਕਾਰਨ ਵੀ ਆਪਾਂ ਨੂੰ ਲੱਭਣੇ ਪੈਣਗੇ। ਅਸੀਂ ਸਪੋਰਟਸ ਨੂੰ ਇੱਕ ਇੰਨਾ ਨਿਘਾਰ ਦੇ ਥੱਲੇ ਲਏ ਹਾਂ ਕਿ ਉਹ ਬਸ ਸਾਨੂੰ ਦੇਖਣ ਨੂੰ ਮਿਲਦੀ ਆ, 2-4 ਦਿਨਾਂ ਦਾ ਸਾਡਾ ਰੌਲਾ ਸ਼ੋਰ ਜਿਹਾ ਹੁੰਦਾ, ਬਾਅਦ ਦੇ ਵਿੱਚ ਉਹਦਾ ਕੋਈ ਮਤਲਬ ਮਨਿਆਦ ਨਹੀਂ ਰਹਿੰਦੀ। ਸੋ ਅਸੀਂ ਇਸ ਨੂੰ ਚੰਗੀ, ਜਿਹੜਾ ਸਾਡਾ ਵਿਜ਼ਨ ਹੈਗਾ, ਸਾਡਾ ਜਿਹੜਾ ਗੋਲ ਹੈਗਾ ਉਹ ਇਸ ਨੂੰ ਲਿਜਾਣ ਦਾ ਹੈਗਾ ਵਰਲਡ ਦੇ ਵਿੱਚ। ਵਰਲਡ ਦੇ ਵਿੱਚ ਕਬੱਡੀ ਖੇਡ ਰਹੇ ਹਾਂ, ਹੋ ਰਹੀ ਹੈ, ਪਰ ਹੋ ਕਿੱਥੇ ਰਹੀ ਹੈ? ਸਿਰਫ ਗੁਰਦੁਆਰਿਆਂ ਦੀਆਂ ਗਰਾਊਂਡਾਂ 'ਚ, ਖੱਤਿਆਂ 'ਚ, ਜਿੱਥੇ ਕਿ ਮਤਲਬ ਕਿ ਆਪਾਂ ਕਹਿ ਹੁੰਦੀ ਭੀੜ ਇਕੱਠੀ ਕਰਨ ਵਾਲੀ ਗੱਲ ਹੋ ਜਾਂਦੀ ਹੈ। ਅਸੀਂ ਇਸ ਨੂੰ ਚਾਹੁੰਦੇ ਹਾਂ ਕਿ ਵੀ ਜਿੱਦਾਂ NBA NFL ਦੇ ਵਿੱਚ ਲੋਕ ਆਪ ਕਬੱਡੀ ਦੇਖ ਮਤਲਬ ਖੇਡਾਂ ਦੇ ਗੇਮਾਂ ਦੇਖਣ ਜਾਂਦੇ ਆ, ਇੱਦਾਂ ਕਬੱਡੀ ਨੂੰ ਆਪ ਦੇਖਣ ਆਉਣ,
ਅਸੀਂ ਇੱਥੇ $200 $150 ਲਾ ਕੇ ਟਿਕਟ ਲਾ ਕੇ ਪਲੱਸ ਉੱਥੇ ਜਾ ਕੇ ਫੂਡ ਵੀ ਬਾਏ ਕਰਦੇ ਹਾਂ, ਅਸੀਂ ਜਾਂਦੇ ਹਾਂ। ਸਾਡਾ ਯੂਥ ਕਿਉਂ ਨਹੀਂ ਕਬੱਡੀ ਚਾਹੁੰਦਾ? ਕੋਈ ਸਾਡੇ ਯੂਥ ਨੂੰ ਉਹ ਐਂਟਰਟੇਨਮੈਂਟ ਮਿਲਦੀ ਨਹੀਂ ਜਿਹੜੀ ਕਿ ਜਾਈ ਚਾਹੀਦੀ ਹੈ। ਹੁਣ ਕਬੱਡੀ ਦੇ ਵਿੱਚ ਤੁਸੀਂ ਦੇਖਦੇ ਕਿੰਨਾ ਕੁ ਯੂਥ ਆਉਂਦਾ, ਕਿੰਨੇ ਕੁ ਪਲੇਅਰ ਆ ਜਿਹੜੇ ਕਬੱਡੀ ਦੇ ਨਾਲ ਜੁੜ ਰਹੇ ਆ। ਉਹੋ ਹੀ ਜੁੜ ਰਹੇ ਆ ਜਿਹੜੇ ਵਿਚਾਰੇ ਗਰੀਬ ਘਰਾਂ ਦੇ ਨਿਆਣੇ ਆ, ਜਿਨ੍ਹਾਂ ਨੂੰ ਪਤਾ ਹੈ ਵੀ ਕਬੱਡੀ 'ਚ ਪੈਸਾ ਹੈਗਾ। ਚੰਗੇ ਘਰਾਂ ਦੇ ਮੁੰਡੇ ਕਿਉਂ ਨਹੀਂ ਕਬੱਡੀ ਖੇਡਦੇ? ਉਹ ਇਹੀ ਕਾਰਨ ਆ ਕਿਉਂਕਿ ਉਹਨਾਂ ਕੋਲ ਪੈਸਾ ਹੈਗਾ, ਉਹਨਾਂ ਨੂੰ ਪਤਾ। ਇਸ ਟਾਈਮ ਕਬੱਡੀ ਇੰਡੀਆ ਦੇ ਵਿੱਚ, ਕਬੱਡੀ ਦੇ ਵਿੱਚ ਤੁਸੀਂ ਦੇਖ ਲਓ ਵੀ ਜਿੰਨੇ ਵੀ ਪਲੇਅਰ ਹੈ ਵਿਚਾਰੇ ਜਿਹੜੇ ਜਾਂ ਗਰੀਬ ਘਰਾਂ ਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਬੱਡੀ 'ਚ ਪੈਸਾ। ਪੈਸਾ ਕਿਹਨੇ ਦਿੱਤਾ? ਬਾਹਰਲੇ ਮੁਲਕਾਂ ਨੇ। ਸੋ ਅਸੀਂ ਆਪਣੇ ਮਨਾਂ 'ਚੋਂ ਇਹ ਗੱਲਾਂ ਕੱਢੀਏ, ਜੇ ਕਬੱਡੀ ਦੀ ਵੀ ਟਿਕਟ ਲੱਗ ਜਾਵੇ ਨਾ ਤਾਂ ਕੋਈ ਵੱਡੀ ਗੱਲ ਨਹੀਂ। ਕਬੱਡੀ ਸਟੇਡੀਅਮ 'ਚ ਹੋਵੇ, ਟਿਕਟ ਰੱਖੀ ਹੋਵੇ, ਪੈਸੇ ਖਰਚੋ, ਉਹ ਫਿਰ ਉਹੀ ਕਬੱਡੀ ਖੜ ਦੇਖਣ ਜਾਊਗਾ ਜਿਹਨੂੰ ਸਪੋਰਟਸ ਦਾ ਸ਼ੌਂਕ ਹੋਊਗਾ। ਸੋ ਇਸ ਕਰਕੇ ਆਪਾਂ ਕਬੱਡੀ ਨੂੰ ਉਸ ਪੱਧਰ 'ਤੇ ਲਿਜਾਣਾ ਚਾਹੁੰਦੇ ਹਾਂ, ਸਾਡਾ ਉਹ ਵਿਜ਼ਨ ਹੈਗਾ। ਇੱਕ ਸਾਲ ਲੱਗੇ, ਦੋ ਲੱਗਣ, ਜਿੰਨੇ ਵੀ ਲੱਗਣਗੇ, ਅਸੀਂ ਇਸ ਕਬੱਡੀ ਨੂੰ ਉੱਥੇ ਦੇਖਣਾ, ਉਸ ਮੁਕਾਮ 'ਤੇ ਦੇਖਣਾ ਚਾਹੁੰਦੇ ਹਾਂ। ਸੋ ਆ ਇਸ ਮੁਕਾਮ ਜਿਹੜਾ ਉੱਥੇ ਪਹੁੰਚਣਾ ਆ, ਉਸ ਤੁਹਾਡੇ ਸਹਿਯੋਗ ਦੇ ਨਾਲ ਹੀ ਪਹੁੰਚਣਾ, ਅਤੇ ਸਾਡੇ ਨਾਲ ਸਾਰੇ ਸਹਿਯੋਗ ਦਿਓ ਤਾਂ ਕਿ ਉਹ ਆਪਾਂ ਕਬੱਡੀ ਨੂੰ ਵਧੀਆ ਸਪੋਰਟਸ ਬਣਾ ਕੇ ਆਉਣ ਵਾਲੇ ਯੂਥ ਨੂੰ ਕੁਛ ਦੇ ਸਕੀਏ। ਸੋ ਇੰਨੀਆਂ ਬੇਨਤੀਆਂ ਆ। ਸੋ ਸਾਰੇ ਹੀ ਵੀਰ ਜਿੰਨੇ ਵੀ ਅੱਜ ਇੱਥੇ ਪਹੁੰਚੇ ਹਨ, ਸਾਰਿਆਂ ਦਾ ਫਿਰ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨੈਕਸਟ ਸਪੀਕਰ, ਜਿਹੜੇ ਕਿ ਤੁਹਾਡੇ ਫੇਵਰੇਟ ਨੇ, ਪਲੇਅਰ ਵੀ ਰਹੇ ਨੇ, 20 ਸਾਲ ਕਬੱਡੀ ਖੇਡੀ ਵੀ ਆ, ਕਬੱਡੀ ਦੇਣ ਵੀ ਆ, ਕਬੱਡੀ ਦੇ ਪ੍ਰਮੋਟਰ ਵੀ ਨੇ ਇਸ ਟਾਈਮ, ਸਰਦਾਰ ਸੁਖੀ ਸਿੱਖੋ। ਦੱਸਿਆ ਸਾਰੇ ਤਰੀਕੇ ਦੇ ਨਾਲ ਕੀ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਕੀ ਕਬੱਡੀ ਵਿੱਚ ਹੋਣ ਡਿਆ ਆ, ਇਹਦਾ ਸੁਧਾਰ ਕਿੱਦਾਂ ਹੋਣਾ। ਸੋ ਅਸੀਂ ਉਹਦੇ 'ਤੇ ਅੱਜ ਇੱਥੇ ਬੈਠੇ ਗੱਲਬਾਤ ਕਰਦੇ ਹਾਂ। ਸੋ ਬਹੁਤ ਸਾਰੇ ਪਲੇਅਰ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਟੈਸਟ ਕਿੱਦਾਂ ਦੇ ਹੋਣੇ ਆ, ਕੀ ਨਹੀਂ ਹੋਣੇ। ਟੈਸਟ ਹੋ ਗਿਆ, ਬਾਅਦ 'ਚ ਰੌਲਾ ਸ਼ੁਰੂ ਹੋ ਗਿਆ, ਸਾਨੂੰ ਉਹ ਨਹੀਂ ਸੀ ਪਤਾ। ਸੋ ਸਾਡੀ USA ਕਬੱਡੀ ਫੈਡਰੇਸ਼ਨ ਨੇ ਇੱਕ ਰੂਲ ਰੈਗੂਲੇਸ਼ਨ ਤਿਆਰ ਕੀਤੇ ਆ, ਜਿਹਦੇ ਵਿੱਚ ਸਾਰਾ ਕੁਛ ਵੈਬਸਾਈਟ 'ਤੇ ਸੈੱਟ ਆ। ਉਹਦੇ ਵਿੱਚ ਹਰੇਕ ਹੀ ਪਲੇਅਰ ਦੇਖ ਸਕਦਾ ਆ ਵੀ ਜਦੋਂ ਅਸੀਂ ਮੈਚ ਸ਼ੁਰੂ ਕਰਾਉਂਦੇ ਹਾਂ ਕਿਹੜੀ ਕਿਹੜੀ ਚੀਜ਼ 'ਤੇ ਜਿਹੜਾ ਸਾਲਟ ਹੈ ਜਿਹੜਾ ਟੈਸਟ ਹੋਣਾ ਹੈ। ਸੋ ਬਾਕੀ ਜਿਹੜੇ U21 ਪਲੇਅਰ ਆ, ਉਹਨਾਂ ਨੂੰ ਵੀ ਹੁਣ ਤੋਂ ਬੇਨਤੀ ਆ ਵੀ ਉਹ ਵੀ ਆਪਣਾ ਪ੍ਰੈਕਟਿਸ ਸ਼ੁਰੂ ਕਰਨ ਸਾਰਾ ਕੁਛ, ਕਿਉਂਕਿ ਆਪਾਂ ਉਹਨਾਂ ਦੇ ਵੀ ਡੋਪਿੰਗ ਟੈਸਟ ਕਰਾਉਂਦੇ ਹਾਂ। ਸੋ ਬਹੁਤ ਸਾਰੇ ਪਲੇਅਰ ਇੰਡੀਆ ਦੇ ਵਿੱਚ ਸ਼ਾਮ ਨੂੰ ਲਾਇਵ ਹੋ ਕੇ ਕਹਿਣ ਲੱਗ ਪੈਂਦੇ ਆ, ਨਹੀਂ ਜੀ ਕਬੱਡੀ ਵਿੱਚ ਤਾਂ ਡਰੱਗ ਹੀ ਹੈ ਨਹੀਂ ਜੀ, 2-3% ਆ। ਬਹੁਤ ਚੰਗੀ ਗੱਲ ਆ, ਮੈਂ ਕਹਿੰਦਾ ਵੀ ਅਸੀਂ ਬੜੇ ਲੱਕੀ ਹਾਂ ਵੀ 2-3% ਹੀ ਆ, ਪਰ ਸਾਨੂੰ 70 ਪਲੇਅਰ ਚਾਹੀਦੇ ਆ। ਉਹ ਪਲੇਅਰ ਮੂਹਰੇ ਹੋ ਕੇ ਆਉਣ ਵੀ ਭਾਈ ਅਸੀਂ ਕਲੀਨ ਹਾਂ, ਸਾਡਾ ਟੈਸਟ ਦੱਸੋ ਕਿੱਥੇ ਹੋਣਾ, ਅਸੀਂ ਟੈਸਟ ਕਰਾਉਣੇ ਆ ਅਤੇ ਅਸੀਂ ਮੈਚ ਸ਼ੁਰੂ ਕਰਾਵਾਂਗੇ। ਸਾਨੂੰ ਹੁਣ ਐਡੀ ਕੋਈ ਉਹ ਬਾਹਲੀ ਕੋਈ ਜਿੱਦਾਂ ਸਾਨੂੰ ਮਿਹਨਤ ਨਹੀਂ ਕਰਨੀ ਪੈਣੀ, ਕਿਉਂਕਿ ਤਾਂ ਡਰੱਗ ਦੇ ਕਬੱਡੀ ਵਿੱਚ ਤਾਂ ਡਰੱਗ ਹੀ ਹੈ ਨਹੀਂ, 2-3% ਹੈਗੀ ਆ। ਸੋ ਉਹ ਸਾਰੇ ਪਲੇਅਰ ਜਿੰਨੇ ਵੀ ਹੈਗੇ ਆ, ਜਿੱਥੇ ਵੀ ਬੈਠੇ ਆ, ਕੋਈ USA ਦੇ ਵਿੱਚ ਆ ਜਾਂ ਕੋਈ ਇੰਡੀਆ ਦੇ ਵਿੱਚ ਆ ਜਾਂ ਕੈਨੇਡਾ ਤੋਂ, ਉਹ ਸਾਰੇ ਹੀ ਪਲੇਅਰ ਹੁਣ ਡੋਪਿੰਗ ਟੈਸਟ ਹੋਣਾ ਆ, ਆਪਣੀ ਪ੍ਰੈਕਟਿਸ ਕਰਨ ਸ਼ੁਰੂ, ਅਤੇ ਸਾਨੂੰ ਕੋਈ ਐਡਾ ਚਿੰਤਾ ਨਾ ਹੋਵੇ ਵੀ ਪਲੇਅਰ ਹੈਗੇ, ਕਿਉਂਕਿ ਡਰੱਗ ਕਬੱਡੀ ਵਿੱਚ ਪਲੇਅਰ ਕਿਤੇ ਡਰੱਗ ਹੈ ਹੀ ਨਹੀਂ। ਆਪਾਂ ਕਬੱਡੀ ਦਾ ਬਜਟ ਜ਼ਿਆਦਾ ਕਾਹਤੇ ਕਰਦਾ, ਜਿਹੜੇ ਜਿੰਨੀਆਂ ਕਲੱਬਾਂ ਆ ਪਲੇਅਰ ਇੱਕ ਨੂੰ 5-5 ਬੰਦੇ ਖਰੀਦਣ ਡਏ ਆ, ਪਲੇਅਰ ਦਾ ਰੇਟ ਬਹੁਤ ਵੱਧ ਜਾਂਦਾ। ਸੋ ਅਸੀਂ ਇਹ ਮਤਾ ਰੀਕ ਰੱਖਿਆ ਵੀ ਜਿਹੜੀਆਂ ਟੀਮਾਂ ਆ ਉਹ ਆਪਾਂ ਆਪ ਬਣਾਉਣੀਆਂ, ਪਰਚੀਆਂ ਪਾਉਣੀਆਂ। ਜੇ ਸਾਡੇ ਕੋਲ ਪਲੇਅਰ ਇੰਨਾ ਹੋਵੇ ਅਸੀਂ 6 ਬਣਾਵਾਂਗੇ, ਨਹੀਂ 4। ਬਹੁਤ ਸਾਰੇ ਲੋਕ ਕਹਿੰਦੇ ਆ ਨਹੀਂ ਜੀ ਮੈਚ ਮਾੜੇ ਹੋਣੇ ਆ, ਫਲਾਨਾ ਹੋਣਾ, ਜੇ ਤੁਸੀਂ ਇੱਦਾਂ ਕਰੋਗੇ। ਡੋਪਿੰਗ ਦੇ ਵਿੱਚ ਬੜੀ ਬ੍ਰੇਕ ਦੇ ਦਿਓ, ਬ੍ਰੇਕ ਉਹਨਾਂ ਨੂੰ ਦੇਤੀ ਆ ਵੀ ਜਿਹੜਾ ਕੋਈ ਪਲੇਅਰ ਕਿਤੇ ਡਰੱਗ ਦੇ ਵਿੱਚ ਆਇਆ ਜਾਂਦਾ ਉਹਨੂੰ ਤੜੀ ਦੇ ਜਿਹੜੇ ਹੈਗੇ ਆ ਬ੍ਰੇਕ ਦਿੱਤੀ ਆ, ਪਰ ਜ਼ਿਆਦਾ ਨਹੀਂ। ਸੋ ਹੁਣ ਵੀ ਇਸ ਸਾਲ ਡਿਊਟੀ ਲੱਗੀ ਆ, ਚਲੋ ਆਪਾਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਇਹਦਾ ਆਪਾਂ ਕਰਨਾ ਆ। ਪਰ ਅਸੀਂ ਜਿਹੜੀ ਟੂਰਨਾਮੈਂਟ ਇਸ ਸਾਲ ਹੋਣੇ ਆ, ਜਿਹੜੀ ਗੱਲ ਕਹੀ ਆ ਉਹੀ ਹੋਊਗੀ, ਜੇ ਨਹੀਂ ਹੋਊਗੀ ਤਾਂ ਆਪਾਂ ਇਸ ਚੀਜ਼ 'ਚੋਂ ਬਾਹਰ ਆ। ਡਰੱਗ ਫਰੀ ਫੇਅਰ ਜਿਹੜੀ ਕਬੱਡੀ ਹੋਊਗੀ ਸਾਰੇ ਜਿੰਨੇ ਵੀ ਮੈਚਸ ਹੁੰਦੇ ਆ, ਜਿਹੜਾ ਪਲੇਅਰ ਜੋ ਜਿਹੜੇ ਡੋਪਿੰਗ ਟੈਸਟ ਹੋਣੇ ਆ ਉਹ ਰੌਲਾ ਪੈਂਦਾ ਰਹਿੰਦਾ ਜੀ, ਉਹਦਾ ਪਿਸ਼ਾਬ ਦੇਤਾ, ਯੂਰਿਨ ਟੈਸਟ ਉਹਦਾ ਦੇਤਾ, ਅਸੀਂ ਗਰਾਊਂਡ ਦੇ ਵਿੱਚ ਹੀ ਇੱਕ ਪਾਸੇ ਵਾਸ਼ਰੂਮ ਰੱਖ ਲੈਣਾ। ਮੇਰੀ ਡਿਊਟੀ ਹੋ ਗਈ, ਮੇਰੇ ਨਾਲ 5 ਬੰਦੇ ਹੋਰ ਹੋਣਗੇ, ਮੈਚ ਫਿਨਿਸ਼ ਹੁੰਦਿਆਂ ਸਾਰ ਅਸੀਂ ਬਾਹਰ ਨਹੀਂ ਜਾਣਾ, ਜਿਹੜਾ ਰੈਂਡਮ ਨਹੀਂ ਚੱਕਣਾ, ਉੱਥੋਂ ਉੱਥੇ ਲੈ ਜਾਣਾ।
ਵੀ ਕਿਸੇ ਦਾ ਕੋਈ ਰੌਲਾ ਰੱਪਾ ਨਾ ਰਹੇ ਜੀ ਵਾਸ਼ਰੂਮ ਉਹਦਾ ਦਿੰਦਾ ਵਾਸ਼ਰੂਮ ਉਹਦਾ ਦਿੰਦਾ। ਜਿਹੜੇ ਹੋਰ ਵੀ ਕੋਈ ਪਲੇਅਰ ਹੋਰ ਵੀ ਕਿਸੇ ਕੰਟਰੀਆਂ 'ਚ ਬੈਠੇ ਆ, ਸੋ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਵੀ ਅਸੀਂ ਉਹਨਾਂ ਲਈ ਵੀ ਜ਼ਰੂਰ ਹਿੱਲਾ ਫਿਸਲਾ ਕੋਈ ਕਰਾਂਗੇ। ਸੋ ਸਾਰੇ ਰਲ ਕੇ ਪਲੇਅਰ ਜਿੰਨੇ ਵੀ ਹੈਗੇ ਆ ਆਪਣਾ ਰੈਡੀ ਰਹਿਣ, ਸਪਤੰਬਰ ਦੇ ਵਿੱਚ ਪਹਿਲਾਂ ਡੋਪਿੰਗ ਟੈਸਟ ਹੋਊਗਾ। ਸੋ ਇੰਨਾ ਕੀ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਫੈਡਰੇਸ਼ਨ ਨੂੰ ਇਹੀ ਹੈ ਕਿ ਵੀ ਸਰਕਲ ਸਟਾਈਲ ਕਬੱਡੀ ਦੇ ਰੂਲ ਹੈਗੇ ਆ, ਐਂਟੀ ਡੋਪਿੰਗ ਦੇ ਰੂਲ ਨਹੀਂ ਹੈਗੇ। ਉਹ ਰੂਲ ਆਪਾਂ ਨੂੰ ਦੇਣੇ ਪੈਣੇ ਆ, ਪਲੇਅਰਾਂ ਨੂੰ ਕਲੀਅਰ ਕਰਨੇ ਪੈਣੇ ਆ ਕਿ ਵੀ ਆਹ ਰੂਲ ਹੈਗੇ ਆ, ਇਹਨਾਂ ਰੂਲ ਦੇ ਬੇਸ 'ਤੇ ਤੁਹਾਡਾ ਡਰੱਗ ਟੈਸਟ ਹੋਣਾ। ਜਿਹੜੀ ਟੀਮ ਹੋਏਗੀ ਉਹ ਏ ਬੀ ਸੀ ਡੀ ਪਲੇਅਰ ਦੇ ਲੈਵਲ ਦੇ ਹਿਸਾਬ ਨਾਲ ਅਲਾਈਨ ਕੀਤੀ ਜਾਊਗੀ। ਪਲੇਅਰ ਵੰਡੇ ਜਾਣਗੇ ਅਤੇ ਵੰਡਣ ਤੋਂ ਬਾਅਦ ਉਹ ਲੋਟਰੀ ਸਿਸਟਮ ਦੇ ਨਾਲ ਪਿੱਕ ਹੋਣਗੇ, ਜਿਹਨੂੰ ਕਿ ਅਸੀਂ ਫੇਅਰ ਕਬੱਡੀ ਦਾ ਇੱਕ ਰੂਪ ਦੇ ਰਹੇ ਹਾਂ। ਮੇਨ ਗੱਲ ਸਾਨੂੰ ਇਹ ਆਪਾਂ ਨੂੰ ਪਲੇਅਰਾਂ ਦੀ ਪਹਿਲਾਂ ਹੈਗੀ ਆ, ਸਾਡੀ ਕੁਆਲੀਫਿਕੇਸ਼ਨ ਜਿਹੜੀ ਆ ਉਹ ਪਹਿਲਾਂ ਇੰਪੋਰਟੈਂਟ ਆ, ਉਹ ਪੂਰੀ ਕਰਕੇ ਡਰੱਗ ਫਰੀ ਪਲੇਅਰ ਜਦੋਂ, ਸੋ ਉਹਨੇ ਵੀ ਸਾਡੇ ਨਾਲ ਇਹ ਗੱਲ ਕੀਤੀ, ਹੁਣ ਵੀ ਜਿਹੜੇ ਟੈਸਟਿੰਗ ਸਾਰੀ ਕੁਐਸਟ ਵਾਲਿਆਂ ਤੋਂ ਕਰਾਉਣੀ ਆ, ਸੋ ਉਹਦੇ ਨਾਲ ਜਿਹੜਾ ਸਾਡਾ ਸਿਸਟਮ ਹੈਗਾ ਅੱਗੇ ਵੀ ਪਹਿਲਾਂ ਗੱਲ ਕੀਤੀ, ਮੈਂ ਮੁੜ ਕੇ ਤੁਹਾਨੂੰ ਐਂਡ ਦੇ ਉੱਥੇ ਤਾਂ ਲਿਆਉਣਾ ਚਾਹੁੰਦਾ ਵੀ ਇਹ ਕਿੰਨੀ ਸਾਡੇ ਲਈ ਸਾਰਿਆਂ ਲਈ ਇੰਪੋਰਟੈਂਟ ਆ ਗੱਲ ਮੁੜ ਕੇ। ਡਰੱਗ ਟੈਸਟਿੰਗ ਜਿਹੜੀ ਹੈ ਇਕੱਲੀ ਇੱਕ ਵਾਰੀ ਕਰਕੇ ਨਹੀਂ ਮੁੱਕਣੀ, ਔਨ ਸਟੈਂਡ ਬਾਏ ਮੈਚ ਦੇ ਵਿੱਚ ਪਲੇਅਰ ਦੀ ਡਰੱਗ ਟੈਸਟਿੰਗ ਜਿਹਦੀ ਮਰਜ਼ੀ ਨਹੀਂ ਉੱਥੇ ਮੈਂਡੇਟੋਰੀ ਨਹੀਂ ਹੋਊਗੀ, ਪਰ ਜਦੋਂ ਵਿੱਚੋਂ ਕਿਸੇ ਪਲੇਅਰ ਦੇ ਉੱਤੇ ਜਾਂ ਦੋ ਪਲੇਅਰ ਜਾਂ ਚਾਰ ਪਲੇਅਰ ਜੋ ਵੀ ਆਪਾਂ ਰੂਲ ਬਣਾਵਾਂਗੇ ਉਹਦਾ, ਉਹ ਚੈਕਿੰਗ ਹੋ ਸਕਦੀ। ਜਿੰਨੇ ਵੀ ਪਲੇਅਰ ਖੇਲਦੇ ਆ ਉਹਨਾਂ ਨੂੰ ਪਤਾ ਹੋਊਗਾ ਇਹ ਪਤਾ ਨਹੀਂ ਕਿਹੜੇ ਪਲੇਅਰ ਦਾ ਨੰਬਰ ਕਦੋਂ ਲੱਗ ਜਾਣਾ। ਸੋ ਇਸ ਕਹਿੰਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਫੇਰ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।